हेलो एवरीवन वेलकम टू स्ट्रे शोकेट्स हिस्ट्री बिकम्स इज तो पता है जी पंजाबी ग्रामर ਦੇ ਵਿੱਚ ਸ਼ਬਦਾਂ ਦਾ ਵਰਗੀਕਰਨ ਦੇਖ ਰਹੇ ਸੀ ਸਭ ਤੋਂ ਪਹਿਲਾਂ ਆਪਾਂ ਇਹ ਦੇਖਿਆ ਅਰਥ ਦੇ ਅਧਾਰ ਤੇ ਸਾਰਤਕ ਤੇ ਨਿਰਾਰਥਕ ਸ਼ਬਦ ਫਿਰ ਆਪਾਂ ਦੇਖਿਆ ਰਚਨਾ ਦੇ ਅਧਾਰ ਤੇ मूल ਸ਼ਬਦ ਤੇ ਰਚਿਤ ਸ਼ਬਦ ਉਸ ਤੋਂ ਬਾਅਦ ਆਪਾਂ ਰਚਿਤ ਸ਼ਬਦ ਦੇ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਦੋ ਸਬ ਟਾਈਪਸ ਕੀਤੀਆਂ ਉਸ ਤੋਂ ਬਾਅਦ ਰੂਪ ਦੇ ਅਧਾਰ ਤੇ ਵਿਕਾਰੀ ਤੇ ਅਵਕਾਰੀ ਸ਼ਬਦ ਕੀਤੇ ਤੇ ਉਸ ਤੋਂ ਬਾਅਦ ਆਪਾਂ ਪ੍ਰਯੋਗ ਦੇ ਅਧਾਰ ਤੇ ਸ਼ਬਦਾਂ ਦਾ ਵਰਗੀਕਰਨ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਨਾਮ ਪੜਨਾਮ ਤੇ ਵਿਸ਼ੇਸ਼ਣ ਜਿਹੜਾ ਉਹ ਕੰਪਲੀਟ ਕਰ ਚੁੱਕੇ ਹਾਂ ਪ੍ਰਯੋਗ ਦੇ ਅਧਾਰ ਤੇ ਜਾਂ ਸਾਰਤਕਤਾ ਵਿਧੀ ਜਾਂ ਕੰਮ ਜਾਂ ਵਿਆਕਰਨਿਕ ਆਪਾਂ ਡਿਟੇਲ ਦੇ ਵਿੱਚ ਕਰ ਰਹੇ ਹਾਂ ਜ ਜਿਹਦੇ ਵਿੱਚ ਆਪਾਂ ਨਾਮ ਦੇਖ ਚੁੱਕੇ ਹਾਂ ਜਿਹਦੀ ਟੋਟਲ ਆਪਾਂ 5 ਟਾਈਪਸ ਦੇਖੀਆਂ ਪਰ ਨਾਂਵ ਆਪਾਂ ਕਰ ਚੁੱਕੇ ਹਾਂ ਜਿਹਦੀ ਟੋਟਲ 6 ਟਾਈਪਸ ਆਪਾਂ ਕੀਤੀਆਂ ਤੇ ਹੁਣ ਆਪਾਂ ਵਿਸ਼ੇਸ਼ਣ ਵੀ ਕੰਪਲੀਟ ਕਰ ਚੁੱਕੇ ਜਿਹਦੀ ਟੋਟਲ ਆਪਾਂ 5 ਟਾਈਪਸ ਕੀਤੀਆਂ ਤਾਂ ਵਿਸ਼ੇਸ਼ਣ ਦੀ ਟੋਟਲ 5 ਟਾਈਪਸ ਆਪਾਂ ਕੰਪਲੀਟ ਕਰ ਚੁੱਕੇ ਹਾਂ ਜੀ ਹੁਣ ਆਪਾਂ ਕਰਨ ਵਾਲੇ ਆਪਣੀ 4th ਟਾਈਪ ਕਿਰਿਆ ਹਾਂਜੀ ਤਾਂ ਆਪਣੀ 4th ਟਾਈਪ ਹੈਗੀ ਹੈ ਕਿਰਿਆ ਕਿਰਿਆ ਕਿਹੜਾ ਸ਼ਬਦ ਜੀ ਇਹ ਹੈਗਾ ਵਿਕਾਰੀ ਸ਼ਬਦ ਵਿਕਾਰੀ ਸ਼ਬਦ ਤੇ ਅਵਕਾਰੀ ਸ਼ਬਦ ਕੀ ਹੁੰਦੇ ਆ ਇਹਦੀ ਡਿਟੇਲ ਵੀਡੀਓ ਆਪਾਂ ਆਪਣੇ ਚੈਨਲ ਤੇ ਪਨਾ ਰੱਖੀ ਆ ਅਗਰ ਤੁਹਾਨੂੰ ਹਾਲ ਤੱਕ ਨਹੀਂ ਦੇਖੀ ਤਾਂ ਜ਼ਰੂਰ ਦੇਖੋ ਕਿਰਿਆ ਇੱਕ ਵਿਕਾਰੀ ਸ਼ਬਦ ਹੈ ਤੇ ਵਿਕਾਰੀ ਸ਼ਬਦ ਦੇ ਵਿੱਚ ਆਪਾਂ ਚਾਰ ਟਾਈਪਸ ਪੜੀਆਂ ਸੀ ਤੇ ਇਹ ਹੈਗੇ ਜੀ ਚੌਥੀ ਟਾਈਪ ਕਿਰਿਆ ਕਿਰਿਆ ਕੀ ਹੁੰਦੀ ਹੈ ਦੇਖੋ ਆਪਾਂ ਪਹਿਲਾਂ ਵੀ ਕਈ ਵਾਰ ਇਹਨੂੰ ਡਿਸਕਸ ਕੀਤਾ ਬਰੀਫ ਦੇ ਵਿੱਚ ਲੇਕਿਨ ਅੱਜ ਆਪਾਂ ਇਹਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿਰਿਆ ਕੀ ਹੁੰਦੀ ਹੈ ਕਿਰਿਆ ਸ਼ਬਦ ਤੋਂ ਮਤਲਬ ਹੈ ਜੀ ਕੰਮ ਯਾਨਕਿ ਉਹ ਸ਼ਬਦ ਜਿਸ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਬਾਰੇ ਪਤਾ ਚੱਲੇ ਉਸਨੂੰ ਆਪਾਂ ਕਹਿੰ ਤਾਂ ਇੱਥੋਂ ਆਪਾਂ ਇਹਦੀ ਡੈਫੀਨੀਸ਼ਨ ਲਿਖ ਸਕਦੇ ਹਾਂ ਜੋ ਸ਼ਬਦ ਜੋ ਸ਼ਬਦ ਕਿਸੇ ਕੰਮ ਦੇ ਹੋਣ ਬਾਰੇ ਕਿਸੇ ਕੰਮ ਦੇ ਹੋਣ ਬਾਰੇ ਅਤੇ ਉਸ ਦੇ ਅਤੇ ਉਸ ਦੇ ਯਾਨੀ ਕਿ ਉਸ ਦੇ ਕੰਮ ਦੇ ਸਮੇਂ ਜਾਂ ਜਿਹਨੂੰ ਆਪਾਂ ਕਾਲ ਕਹਿੰਦੇ ਹਾਂ ਕਾਲ ਬਾਰੇ ਗਿਆਨ ਦੇਵੇ ਯਾਨੀ ਕਿ ਜਿਸ ਸ਼ਬਦ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਬਾਰੇ ਤੇ ਪਲੱਸ ਉਸ ਕੰਮ ਦੇ ਕਦੋਂ ਹੋਇਆ ਉਹਦੇ ਸਮੇਂ ਜਾਂ ਉਹਦੇ ਕੱਲ ਬਾਰੇ ਪਤਾ ਚੱਲੇ ਉਸ ਸ਼ਬਦ ਨੂੰ ਅਸੀਂ ਕਹਿੰਦੇ ਹਾਂ ਕਿਰਿਆ ਸ਼ਬਦ ਤਾਂ ਆਹੋਪਸ ਤੁਹਾਨੂੰ ਡੈਫੀਨੀਸ਼ਨ ਕਲੀਅਰ ਹੈ ਜਿਸ ਕੰਮ ਤੋਂ ਸਾਨੂੰ ਜਿਸ ਸ਼ਬਦ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਬਾਰੇ ਤੇ ਉਹ ਕੰਮ ਕਦੋਂ ਹੋਇਆ ਉਹਦੇ ਸਮੇਂ ਬਾਰੇ ਉਹਦੇ ਕੱਲ ਬਾਰੇ ਗਿਆਨ ਹੋਵੇ ਉਹ ਸ਼ਬਦ ਹੁੰਦਾ ਜੀ ਕਿਰਿਆ ਸ਼ਬਦ ਇੱਕ ਵਿਕਾਰੀ ਸ਼ਬਦ ਹੈ ਵਿਕਾਰੀ ਸ਼ਬਦ ਤੁਹਾਨੂੰ ਪਤਾ ਹੈ ਉਹ ਸ਼ਬਦ ਹੁੰਦੇ ਹਨ ਜਿੰਨਾਂ ਦਾ ਰੂਪ ਲਿੰਗ ਵਚਨ ਤੇ ਕਾਲ ਕਰਕੇ ਅਧਾਰ ਤੇ ਬਦਲ ਜਾਂਦਾ ਹੈ ਤੇ ਦਿਹਾਪੂ ਕੁਛੁੱਤਾ ਨਾ ਦੇਖਦੇ ਆ ਜਿਵੇਂ ਗੀਤਾ ਪੜਦੀ ਹੈ ਤਾਂ ਗੀਤਾ ਪੜਦੀ ਹੈ ਤਾਂ ਪੜਦੀ ਸ਼ਬਦ ਕੀ ਹੈ ਜੀ ਇੱਕ ਕੰਮ ਹੈ ਇੱਕ ਕੰਮ ਦੇ ਹੋਣ ਬਾਰੇ ਸਾਨੂੰ ਇਸ ਸ਼ਬਦ ਤੋਂ ਪਤਾ ਚੱਲ ਰਿਹਾ ਤਾਂ ਪੜਦੀ ਸ਼ਬਦ ਸਾਡਾ ਕੀ ਹੋ ਜਾਏਗਾ ਕਿਰਿਆ ਇਹ ਹੈਗਾ ਜੀ ਕਿਰਿਆ ਸ਼ਬਦ ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਤੁਸੀਂ ਇੱਥੇ ਦੇਖ ਸਕਦੇ ਹੋ RAM ਖਾਣਾ ਖਾਂਦਾ ਹੈ ਹਾਂਜੀ ਤਾਂ ਇਸ ਵਾਕ ਵਿੱਚ ਰਾਮ ਕੀ ਖਾਣਾ ਖਾ ਰਿਹਾ ਹੈ ਤਾਂ ਖਾਣਾ ਖਾਣਾ ਜਿਹੜਾ ਹੈਗਾ ਉਹ ਵੀ ਇੱਕ ਕੰਮ ਹੋ ਗਿਆ ਜੀ ਤਾਂ ਖਾਂਦਾ ਸ਼ਬਦ ਤੋਂ ਸਾਨੂੰ ਕੀ ਪਤਾ ਚੱਲ ਰਿਹਾ ਇਹ ਇੱਕ ਕੰਮ ਹੋ ਰਿਹਾ ਤੇ ਇਹ ਹੈਗੀ ਹੈ ਜੀ ਸਾਡਾ ક્રિયા ਸ਼ਬਦ ਇਸੇ ਦੇ ਵਿੱਚ ਅਗਰ ਇਸੇ ਵਾਕ ਦੇ ਵਿੱਚ ਤੁਸੀਂ ਦੇਖੋ ਗੀਤਾ ਪੜਦੀ ਹੈ ਤਾਂ ਹੈ ਤਾਂ ਸਾਨੂੰ ਪਤਾ ਚੱਲ ਰਿਹਾ ਕਿ ਇਹ ਹੁਣ ਜਿਹੜਾ ਵਰਤਮਾਨ ਵਿੱਚ ਯਾਨੀ ਕਿ ਇਸ ਸਮੇਂ ਇਹ ਕੰਮ ਚੱਲ ਰਿਹਾ ਹੈ ਗੀਤਾ ਪੜਦੀ ਹੈ ਤਾਂ ਹੈ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਕੰਮ ਹੁੰਦਾ ਯਾਨੀ ਕਿ ਅੱਜ ਦਾ ਕੰਮ ਹੈ ਵਰਤਮਾਨ ਸਮੇਂ ਦਾ ਕੰਮ ਹੈ ਅਗਰ ਅਸੀਂ ਇਹੀ ਕੰਮ ਕਹਿਣਾ ਹੁੰਦਾ ਕਿ ਇਹ ਬੀਤੇ ਹੋਏ ਸਮੇਂ ਵਿੱਚ ਹੋ ਚੁੱਕਿਆ ਹੈ ਕੰਮ ਤਾਂ ਆਪਾਂ ਇਸੇ ਜਿਹੜਾ ਸੈਂਟੈਂਸ ਹੈ ਇਹੀ ਵਾਕ ਇਸ ਨੂੰ ਕਿਸ ਤਰ੍ਹਾਂ ਲਿਖਦੇ ਗੀਤਾ ਪੜਦੀ ਸੀ ਤਾਂ ਉਦੋਂ ਸਾਨੂੰ ਪਤਾ ਚਲ ਜਾਂਦਾ ਕੀਤਾ ਪੜਦੀ ਸੀ ਤਾਂ ਸਾਨੂੰ ਪਤਾ ਚਲਦਾ ਕਿ ਇਹ ਜਿਹੜਾ ਕੰਮ ਹੈ ਉਹ ਬੀਤੇ ਹੋਏ ਸਮੇਂ ਦੇ ਵਿੱਚ ਯਾਨੀ ਕਿ ਭੂਤਕਾਲ ਦੇ ਵਿੱਚ ਹੋ ਰਿਹਾ ਸੀ ਬਾਕੀ ਡਿਟੇਲ ਦੇ ਵਿੱਚ ਇਸ ਚੀਜ਼ਾਂ ਨੂੰ ਆਪਾਂ ਕਲੀਅਰ ਕਰਾਂਗੇ ਅੱਗੇ ਉਹਨਾਂ ਲਈ ਤੁਹਾਨੂੰ ਫਿਲਹਾਲ ਮੈਂ ਬਰੀਫ ਦੇ ਵਿੱਚ ਦੱਸਿਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈ ਕਿਰਿਆ ਜਿਹੜਾ ਸ਼ਬਦ ਹੈ ਕਿਰਿਆ ਜੋ ਸ਼ਬਦ ਹੈ ਉਹਦਾ ਸਮੇਂ ਵੀ ਬਾਰੇ ਦੱਸਦਾ ਹੈ ਕਿ ਉਹ ਕੰਮ ਜਿਹੜਾ ਕਿਸੇ ਸਮੇਂ ਹੋ ਰਿਹਾ ਸੀ ਵਰਤਮਾਨ ਵਿੱਚ ਜਾਂ ਬੀਤੇ ਹੋਏ ਸਮੇਂ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਇਹਦੇ ਆਪਾਂ ਇੱਕ ਦੋ ਐਗਜ਼ਾਮਪਲਸ ਦੇਖ ਲੈਣ ਆ ਇਸੇ ਵਾਕ ਤੋਂ ਗੀਤਾ ਪੜਦੀ ਸੀ ਤਾਂ ਇਹ ਹੋ ਗਿਆ ਜੀ ਬੀਤੇ ਹੋਏ ਸਮੇਂ ਦੀ ਗੱਲ ਯਾਨੀ ਕਿ ਪੂਤਕਾਲ ਦੀ ਤੇ ਜੇ ਆਪਾਂ ਇਸੇ ਸੈਂਟੈਂਸ ਨੂੰ ਇਸੇ ਵਾਕ ਨੂੰ ਇਦਾਂ ਲਿਖੀਏ ਗੀਤਾ ਪੜੇਗੀ ਤੇ ਇਹਦਾ ਮਤਲਬ ਹੈ ਜੀ ਕਿ ਆਉਣ ਵਾਲੇ ਜਿਹੜਾ ਸਮਾਂ ਹੈਗਾ ਭਵਿੱਖ ਕਾਲ ਦੇ ਵਿੱਚ ਉਹੇ ਕੰਮ ਕਰੇਗੀ ਤਾਂ ਸਾਨੂੰ ਕਿਰਿਆ ਸ਼ਬਦ ਤੋਂ ਕੰਮ ਦੇ ਹੋਣ ਬਾਰੇ ਪਲੱਸ ਉਹ ਕੰਮ ਕਿਹੜੇ ਸਮੇਂ ਵਿੱਚ ਕਿਹੜੇ ਕਾਲ ਵਿੱਚ ਹੋ ਰਿਹਾ ਉਹਦੇ ਬਾਰੇ ਵੀ ਦੱਸਦਾ ਹੈ ਬਾਕੀ ਕਾਲ ਨੂੰ ਅਪਰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਉਹਨਾਂ ਦੀ ਵੀਡੀਓਜ਼ ਦੇ ਵਿੱਚ ਕਿਰਿਆ ਨਾਲ ਉਸਰ ਕਿਵੇਂ ਸਬੰਧ ਹੈ ਉਹ ਆਪਾਂ ਤੁਹਾਨੂੰ ਇੱਥੇ ਕਲੀਅਰ ਕਰ ਦਿੱਤਾ ਹੈ ਆ ਕਰ ਰਹੇ ਜੀ ਕਿਰਿਆ ਦੀਆਂ ਕਿਸਮਾਂ ਕਿਰਿਆ ਦੀਆਂ ਕਿਸਮਾਂ ਯਾਨੀ ਕਿ ਕਿਰਿਆ ਦੀ ਵਨ ਜਿਹੜੀ ਉਹ ਕਈ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਮੂਲ ਰੂਪ ਵਿੱਚ ਕਿਰਿਆ ਦੀ ਜਿਹੜੀ ਕਿਸਮਾਂ ਨੇ ਜਿਉਂ ਕਹਿਆ ਜਾਂਦੀਆਂ ਨੇ ਕਿ ਦੋ ਕਿਸਮਾਂ ਨੇ ਕਿਹੜੀਆਂ-ਕਿਹੜੀਆਂ ਅਕਰਮਕ ਤੇਸ ਕਰਮਕ ਲੇਕਿਨ ਕਿਰਿਆ ਦੀ ਵੰਡ ਹੋਰ ਵੀ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਇੱਕ ਜਿਹੜੀ ਹੈਗੀ ਇਹ ਦੀ ਵੰਡ ਕੀਤੀ ਜਾ ਸਕਦੀ ਹੈ ਜੀ ਸਧਾਰਨ ਕਿਰਿਆ ਪ੍ਰੇਰਣਾਰਥਕ ਕਿਰਿਆ ਦੂਰੀ ਪ੍ਰੇਰਣਾਰਥਕ ਕਿਰਿਆ ਦੇ ਤੌਰ ਤੇ ਜਿੰਨੂੰ ਆਪਾਂ ਕਹਿ ਦਿੰਨੇ ਆ ਜੀ ਦੂਜੇ ਪ੍ਰਕਾਰ ਦੀ ਵੰਡ ਇਸ ਨੂੰ ਕਹਿ ਦਿੰਨੇ ਆਪਾਂ ਪਹਿਲੇ ਪ੍ਰਕਾਰ ਦੀ ਵੰਡ ਤਾਂ ਦੂਜੇ ਪ੍ਰਕਾਰ ਦੀ ਵੰਡ ਦੇ ਵਿੱਚ ਆਪਾਂ ਇਸ ਨੂੰ ਕਿਸ ਤਰ੍ਹਾਂ ਵੰਡ ਸਕਦੇ ਆ ਕਿਰਿਆ ਨੂੰ ਸਧਾਰਨ ਕਿਰਿਆ ਪ੍ਰੇਰਣਾਰਥਕ ਕਿਰਿਆ ਤੇ ਦੂਰੀ ਪ੍ਰੇਰਣਾਰਥਕ ਕਿਰਿਆ ਦੇ ਵਿੱਚ ਆਪਾਂ ਇਹਨੂੰ ਵੰਡ ਸਕਦੇ ਆ ਹੋਰ ਇਸ ਦੀ ਇੱਕ ਟਾਈਪ ਹੈਗੀ ਹੈ ਜੀ ਜਿਸ ਦੇ ਵਿੱਚ ਆਪਾਂ ਇਹਨੂੰ ਇੱਕ ਹਰੀ ਕਿਰਿਆ ਤੇ ਸੰਯੁਕਤ ਕਿਰਿਆ ਦੇ ਤੌਰ ਤੇ ਇਸ ਦਾ ਵਰਗੀਕਰਨ ਕੀਤਾ ਜਾ ਸਕਦੇ ਤੇ ਇਹ ਹੋਗੀ ਜਿਹੜੀ ਤੀਸਰੀ ਪ੍ਰਕਾਰ ਦੀ ਵੰਡ ਇੱਕ ਹਰੀ ਕਿਰਿਆ ਤੇ ਸੰਯੁਕਤ ਕਿਰਿਆ ਹਾਂਜੀ ਇਸ ਤੋਂ ਇਲਾਵਾ ਇਸ ਦੀ ਇੱਕ ਹੋਰ ਜਿਹੜੀ ਚੌਥੀ ਪ੍ਰਕਾਰ ਦੀ ਵੰਡ ਵੀ ਹੈ ਯਾਨੀ ਕਿ ਇਸ ਨੂੰ ਮੂਲ ਕਿਰਿਆ ਤੇ ਸਹਾਇਕ ਕਿਰਿਆ ਦੇ ਰੂਪ ਵਿੱਚ ਵੀ ਵੰਡਿਆ ਜਾਂਦਾ ਹੈ ਮੂਲ ਕਿਰਿਆ ਤੇ ਸਹਾਇਕ ਕਿਰਿਆ ਇਸ ਤੋਂ ਇਲਾਵਾ ਕਿਰਿਆ ਦੀ ਕੋਹਰ ਵੰਡ ਵੀ ਹੈਗੀ ਹੈ ਜੀ ਸੰਸਰਗੀ ਕਿਰਿਆ ਇਹਨਾਂ ਸਾਰੀ ਜਿਹੜੀ ਵੰਡ ਆਪਾਂ ਕੀਤੀ ਹੈ ਇਹਨਾਂ ਦੇ ਜਿਹੜੇ ਨਾਮ ਆਪਾਂ ਕੀਤੇ ਇਹਨੂੰ ਡਿਟੇਲ ਦੇ ਵਿੱਚ ਇੱਕ ਇੱਕ ਕਰਕੇ ਆਪਾਂ ਸਮਝਾਂਗੇ ਤਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੂਲ ਰੂਪ ਵਿੱਚ ਕਿਰਿਆ ਦੀ ਕਿਸਮਾਂ ਤੋਂ ਸਭ ਤੋਂ ਪਹਿਲਾਂ ਜਿਹੜੀ ਇਹਦੇ ਦੋ ਟਾਈਪਸ ਹੈਗੀਆਂ ਕਿ ਇਹ ਕਿਹੜੀਆਂ ਹੁੰਦੀਆਂ ਨੇ ਅਕਰਮਕ ਤੇ ਸਕਰਮਕ ਇਸ ਨੂੰ ਡਿਟੇਲ ਦੇ ਵਿੱਚ ਆਪਾਂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਣੇ ਕੋਲ ਹੈਗੇ ਜੀ ਅਕਰਮਕ ਕਿਰਿਆ ਦੇਖੋ ਨਾਮ ਤੋਂ ਪਤਾ ਚੱਲ ਰਿਹਾ ਅ ਯਾਨੀ ਕਿ ਜਿਸ ਦੇ ਵਿੱਚ ਕੋਈ ਚੀਜ਼ ਦੀ ਕਮੀ ਹੋਵੇ ਕਰਮਕ ਤੇ ਜੀ ਵਾਕ ਵਿੱਚ ਕਰਮ ਨਾ ਹੋਵੇ ਉਹਨੂੰ ਆਪਾਂ ਕਹਿੰਦੇ ਆ ਜੀ ਅਕਰਮਕ ਕਿਰਿਆ ਅਕਰਮਕ ਕਿਰਿਆ ਦੇ ਵਿੱਚ ਉਹ ਕਿਰਿਆ ਹੁੰਦੀ ਹੈ ਜਿਸ ਦੇ ਵਿੱਚ ਵਾਕ ਦੇ ਵਿੱਚ ਕਰਮ ਨਾ ਹੋਵੇ ਯਾਨੀ ਕਿ ਉਹ ਵਾਕ ਜਿਹਦੇ ਵਿੱਚ ਕਰਮ ਦੀ ਕਮੀ ਹੋਵੇ ਕਰਮ ਤੋਂ ਬਿਨਾ ਹੀ ਉਹ ਵਾਕ ਜਿਹੜਾ ਉਹ ਹੋਵੇ ਉਸਨੂੰ ਆਪਾਂ ਕਹਿੰਦੇ ਆ ਅਕਰਮਕ ਕਿਰਿਆ ਜਿਸ ਵਿੱਚ ਜਾਂ ਜਿਸ ਵਾਕ ਵਿੱਚ ਜਿਸ ਵਾਕ ਵਿੱਚ ਜਾਂ ਤੁਸੀਂ ਇੱਥੇ ਲਿਖ ਸਕਦੇ ਹੋ ਕਿ ਜੋ ਕਿਰਿਆ ਸ਼ਬਦ ਜੋ ਕਿਰਿਆ ਸ਼ਬਦ ਕਰਮ ਤੋਂ ਬਗੈਰ ਹੋਵੇ ਦੇਖੋ ਜਿਸ ਵਾਕ ਵਿੱਚ ਕਰਮ ਨਾ ਹੋਵੇ ਜਾਂ ਆਪਾਂ ਕਹਿ ਸਕਦੇ ਹਾਂ ਜੋ ਕਿਰਿਆ ਸ਼ਬਦ ਕਰਮ ਤੋਂ ਬਗੈਰ ਹੋਵੇ ਉਸ ਨੂੰ ਆਪਾਂ ਕਹਿੰਦੇ ਆ ਜੀ ਅਕਰਮਕ ਕਿਰਿਆ ਵਾਕ ਕਿਸ ਤਰ੍ਹਾਂ ਬਣਦਾ ਹੈ ਇਸ ਦਾ ਇਹਦਾ ਵਾਕ ਦਾ ਜੋ ਸਟਰਕਚਰ ਹੈ ਜੀ ਉਹ ਹੁੰਦਾ ਹੈ ਕਰਤਾ ਸਭ ਤੋਂ ਪਹਿਲਾਂ ਕੰਮ ਕਰਨ ਵਾਲਾ ਕਰਤਾ ਪਲੱਸ ਉਸ ਤੋਂ ਬਾਅਦ ਆਏਗੀ ਜੀ ਕਿਰਿਆ ਤੇ ਇਹੀ ਇਹਦੇ ਵਾਕ ਦਾ ਜਿਹੜਾ ਸਟਰਕਚਰ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਵਾਕ ਬਣਾਇਆ ਜਾਂਦਾ ਜਿਹਦੇ ਵਿੱਚ ਕਰਤਾ ਦੇ ਨਾਲ ਕਰਮ ਨਹੀਂ ਆਉਂਦਾ ਹੈਗਾ ਬਸ ਕਰਤਾ ਤੇ ਕਿਰਿਆ ਇਹ ਹੀ ਦੋ ਚੀਜ਼ਾਂ ਹੁੰਦੀਆਂ ਵਾਕ ਦੇ ਵਿੱਚ ਉਹ ਜਿਹੜਾ ਸਾਡਾ ਬਣ ਜਾਂਦਾ ਅਕਰਮਕ ਕਿਰਿਆ ਤੇ ਇਹਦੇ ਵਿੱਚ ਜਿਹੜੀ ਕਿਰਿਆ ਹੈਗੀ ਹੈ ਉਹਦੇ ਲਈ ਕਰਮ ਜਿਹੜਾ ਇੱਥੇ ਜ਼ਰੂਰੀ ਨਹੀਂ ਕਰਮ ਨਹੀਂ ਹੁੰਦਾ ਤਾਂ ਕਰਮ ਤੋਂ ਬਗੈਰ ਇਹ ਕਿਰਿਆ ਹੁੰਦੀ ਹੈ ਉਹ ਬਣ ਜਾਂਦੀ ਹੈ ਅਕਰਮਕ ਕਿਰਿਆ ਜਿਵੇਂ ਸ਼ਾਮ ਹੱਸ ਰਿਹਾ ਹੈ ਹਾਂਜੀ ਜਿਵੇਂ ਸ਼ਾਮ ਜੋ ਹੈ ਹੱਸ ਰਿਹਾ ਹੈ ਤੇ ਦੇ ਵਿੱਚ ਹੱਸਣਾ ਇੱਕ ਕਿਰਿਆ ਹੋਗੀ ਲੇਕਿਨ ਇਸ ਤੋਂ ਇਲਾਵਾ ਇਹ ਕਿਰਿਆ ਕਿਸਤੇ ਕੀਤੀ ਜਾ ਰਹੀ ਹੈ ਉਹ ਕਰਮ ਜਿਹੜਾ ਉਹਦੇ ਵਿੱਚ ਨਹੀਂ ਹੈ ਅੱਛਾ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਕਰਤਾ ਕਰਮ ਇਹ ਕੀ ਹੁੰਦੇ ਆ ਉਹ ਥੋੜਾ ਜਿਹਾ ਕਲੀਅਰ ਕਰ ਦਈਏ ਦੇਖੋ ਕਰਤਾ ਹੁੰਦਾ ਕੰਮ ਕਰਨ ਵਾਲਾ ਜੋ ਕੰਮ ਕਰ ਰਿਹਾ ਜੋ ਕਿਰਿਆ ਨੂੰ ਜੋ ਕੰਮ ਨੂੰ ਕਰ ਰਿਹਾ ਉਹਨੂੰ ਆਪਾਂ ਕਹਿੰਦੇ ਆ ਕਰਤਾ ਤੇ ਉਹ ਕੰਮ ਜਿਸਤੇ ਹੋ ਰਿਹਾ ਹੈ ਜੋ ਉਸ ਕੰਮ ਨੂੰ ਸਹਿ ਰਿਹਾ ਹੈ ਉਹ ਹੁੰਦਾ ਜੀ ਕਰਮ ਤਾਂ ਜਿਸਤੇ ਕੰਮ ਕੀਤਾ ਜਾ ਰਿਹਾ ਉਹ ਕਰਮ ਜੋ ਕਰ ਰਿਹਾ ਉਹ ਕਰਤਾ ਤੇ ਕੰਮ ਕਰਨ ਵਾਲਾ ਜਿਹੜਾ ਸ਼ਬਦ ਹੁੰਦਾ ਉਸ ਨੂੰ ਅਸੀਂ ਕਹਿੰਦੇ ਹਾਂ ਕਿਰਿਆ ਤਾਂ ਇਸ ਤਰ੍ਹਾਂ ਪੂਰਾ ਇੱਕ ਵਾਕ ਬਣਦਾ ਹੈ ਕਰਤਾ ਕੰਮ ਕਰਨ ਵਾਲਾ ਕਰਮ ਉਹ ਹੁੰਦਾ ਜਿਸ ਤੇ ਉਹ ਕੰਮ ਕੀਤਾ ਜਾ ਰਿਹਾ ਹੈ ਤੇ ਕਿਰਿਆ ਉਹ ਸ਼ਬਦ ਜੋ ਕੰਮ ਹੁੰਦਾ ਤਾਂ ਕੁਝ ਅਸੇ ਕਿਰਿਆਵਾਂ ਹੈਗੀਆਂ ਨੇ ਜਿਨ੍ਹਾਂ ਨੂੰ ਕਰਨ ਲਈ ਕਰਮ ਦੀ ਜ਼ਰੂਰਤ ਨਹੀਂ ਯਾਨੀ ਕਿ ਕੋਈ ਐਸੀ ਚੀਜ਼ ਦੀ ਜ਼ਰੂਰਤ ਨਹੀਂ ਜਿਸ ਦੇ ਉੱਤੇ ਉਹ ਕਰਮ ਕੀਤਾ ਜਾਵੇ ਉਹ ਕਰਮ ਤੋਂ ਬਗੈਰ ਵੀ ਕੰਮ ਕੀਤੇ ਜਾਂਦੇ ਨੇ ਫੋਰ ਐਗਜ਼ਾਮਪਲ ਹੱਸਣਾ ਤਾਂ ਉਹ ਹੱਸਣ ਲਈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਜਿਸ ਦੇ ਉੱਤੇ ਉਹ ਕੰਮ ਕੀਤਾ ਜਾਵੇ ਇਸ ਕਰਕੇ ਇਹ ਜੋ ਕਿਰਿਆ ਹੈਗੀ ਹੈ ਹੱਸਣਾ ਇਹ ਕਿਰਿਆ ਕਿਹੜੀ ਹੈ ਅਕਰਮਕ ਕਿਰਿਆ ਐਸੀ ਕਿਰਿਆ ਜਿਨ੍ਹਾਂ ਨੂੰ ਹੋਣ ਲਈ ਕਿਸੇ ਕਰਮ ਦੀ ਜ਼ਰੂਰਤ ਨਹੀਂ ਹੈ ਇਸ ਦੇ ਵਿੱਚ ਜੇ ਅਗਰ ਆਪਾਂ ਗੱਲ ਕਰ ਲਈਏ ਸ਼ਾਮ ਇਹ ਕੀ ਹੈ ਜੀ ਇਹ ਹੋ ਗਿਆ ਸਾਡਾ ਕਰਤਾ ਕਿਉਂਕਿ ਹੱਸ ਕੌਣ ਰਿਹਾ ਹੈ ਕੰਮ ਕੌਣ ਕਰ ਰਿਹਾ ਹੈ ਸ਼ਾਮ ਤਾਂ ਜੋ ਕੰਮ ਕਰ ਰਿਹਾ ਉਹ ਕਰਤਾ ਤੇ ਹੱਸਣਾ ਇਹ ਹੋ ਗਈ ਕਿਰਿਆ ਉਹ ਵੀ ਕਿਹੜੀ ਕਿਰਿਆ ਅਕਰਮਕ ਕਿਰਿਆ ਹਰ ਤੁਨੂ ਅਕਰਮਕ ਕਿਰਿਆ ਕਲੀਅਰ ਹੋ ਗਈ ਕੁਝ ਐਸੀ ਕਿਰਿਆਵਾਂ ਹੁੰਦੀਆਂ ਨੇ ਕੁਝ ਐਸੇ ਸ਼ਬਦ ਹੁੰਦੇ ਆ ਜਿਨ੍ਹਾਂ ਨੂੰ ਕਰਨ ਲਈ ਕਿਸੇ ਕਰਮ ਦੀ ਜ਼ਰੂਰਤ ਨਹੀਂ ਹੁੰਦੀ ਜਿਨ੍ਹਾਂ ਨੂੰ ਕਰਨ ਲਈ ਵਾਕ ਦੇ ਵਿੱਚ ਕੋਈ ਵੀ ਕਰਮ ਮੌਜੂਦ ਨਹੀਂ ਹੁੰਦਾ ਉਹ ਹੋ ਜਾਂਦੇ ਸਾਡੇ ਅਕਰਮਕ ਕਿਰਿਆ ਜਿਵੇਂ ਹਸਣਾ ਰੋਣਾ ਇਦਾਂ ਜਿਹੜੇ ਹੈਗੇ ਆ ਕੁਝ ਗਾਉਣਾ ਤਾਂ ਇਦਾਂ ਦੀਆਂ ਕਿਰਿਆਵਾਂ ਨੇ ਜਿਹੜੀਆਂ ਉਹ ਕਿਰਿਆਵਾਂ ਕਿਹੜੀਆਂ ਹੁੰਦੀਆਂ ਨੇ ਅਕਰਮਕ ਕਿਰਿਆ ਇਹਦੇ ਵਿੱਚ ਜਿੰਨੀਆਂ ਵੀ ਮੈਂ ਤੁਹਾਨੂੰ ਹੁਣ ਟਾਈਪਸ ਬੋਲੀਆਂ ਨੇ ਤੁਸੀਂ ਨਾਲ ਆਪਣੇ ਨੋਟਬੁੱਕ ਦੇ ਵਿੱਚੋਂ ਐਗਜ਼ਾਮਪਲ ਦੇ ਤੌਰ ਤੇ ਲਿਖ ਸਕਦੇ ਹੋ ਲਾਈਕ ਰੋਣਾ ਪੜਨਾ ਗਾਣਾ ਆਤ ਤਾਂ ਇਸ ਤਰ੍ਹਾਂ ਤੁਸੀਂ ਆਪਣੇ ਆਪ ਕੋ ਬਹੁਤ ساری ਐਗਜ਼ਾਮਪਲ ਸੋਚ ਸਕਦੇ ਹੋ ਜਿਦੇ ਵਿੱਚ ਉਸ ਕੰਮ ਨੂੰ ਕਰਨ ਲਈ ਕਿਸੇ ਕਰਮ ਦੀ ਜ਼ਰੂਰਤ ਨਾ ਹੋਵੇ ਮੂਲ ਰੂਪ ਵਿੱਚ ਕਿਰਿਆ ਦੀ ਵੰਡ ਦੇ ਵਿੱਚ ਦੂਸਰੀ ਟਾਈਪ ਆ ਜਾਂਦੀ ਹੈ ਜੀ ਸਕਰਮਕ ਕਿਰਿਆਤੀ ਸਕਰਮਕ ਕਿਰਿਆ ਸਕਰਮਕ ਹੁਣ ਦੇਖੋ ਤੁਸੀਂ ਤੁਹਾਨੂੰ ਇਸ ਦੇ ਨਾਮ ਤੋਂ ਪਤਾ ਚੱਲ ਰਿਹਾ ਹੋਏਗਾ ਸ ਕਰਮਕ ਇਹ ਕੰਮ ਜਿਨ੍ਹਾਂ ਨੂੰ ਕਰਨ ਲਈ ਕਰਨ ਦੀ ਜ਼ਰੂਰਤ ਹੋਵੇ ਉਹਨਾਂ ਕਿਰਿਆਵਾਂ ਨੂੰ ਕਹਿੰਦੇ ਆ ਸ ਕਰਮਕ ਕਿਰਿਆ ਜੋ ਕਿਰਿਆ ਜੋ ਕਿਰਿਆ ਸ਼ਬਦ ਕਰਮ ਸਹਿਤ ਹੋਵੇ ਜਾਂ ਤੁਸੀਂ ਇਹ ਡੈਫੀਨੇਸ਼ਨ ਚ ਲਿਖ ਸਕਦੇ ਹੋ ਜੋ ਕੰਮ ਕਰਮ ਦੇ ਨਾਲ ਜਾਂ ਕਰਮ ਦੇ ਉੱਪਰ ਕੀਤੇ ਜਾਣ ਉੱਪਰ ਕਿਤੇ ਜਾਣ ਅਜਿਹੇ ਕੰਮ ਨੂੰ ਦਰਸਾਉਣ ਵਾਲੇ ਅਜਿਹੇ ਕੰਮ ਨੂੰ ਦਰਸਾਉਣ ਵਾਲੇ ਸ਼ਬਦ ਜਾਂ ਕਿਰਿਆ ਸ਼ਬਦ ਸਹਕਰਮਕ ਸਹਕਰਮਕ ਕਿਰਿਆ ਸ਼ਬਦ ਹੁੰਦੇ ਹਨ ਕਿ ਉਹ ਸ਼ਬਦ ਜਿਨ੍ਹਾਂ ਜਾਂ ਉਹ ਕੰਮ ਜਿਨ੍ਹਾਂ ਨੂੰ ਕਰਨ ਲਈ ਕਰਨ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਆਪਾਂ ਕਹਿੰਦੇ ਜੀ ਸਕਰਮਕ ਕਿਰਿਆ ਜਿਵੇਂ ਉਦਾਹਰਣ ਦੇਖੋ ਇਸ ਦੀ ਸੀਤਾ ਕਿਤਾਬ ਪੜਦੀ ਹੈ ਸੀਤਾ ਕਿਤਾਬ ਪੜਦੀ ਹੈ ਤਾਂ ਸੀਤਾ ਜੋ ਕੰਮ ਕਰ ਰਿਹਾ ਕੌਣ ਕਰ ਰਿਹਾ ਸੀਤਾ ਇਹ ਹੋਗੀ ਜੀ ਕਰਤਾ ਪੜਨਾ ਪੜਨਾ ਇੱਕ ਕੰਮ ਕਰਨਾ ਹੋ ਗਿਆ ਜੀ ਤਾਂ ਪੜਦੀ ਸ਼ਬਦ ਜੋ ਹੈ ਉਹ ਬਣ ਗਿਆ ਸਾਡਾ ਕਿਰਿਆ ਲੇਕਿਨ ਇਹ ਜੋ ਕਿਰਿਆ ਹੋ ਰਹੀ ਹੈ ਇਹ ਕਿਰਿਆ ਕਿਸ ਤੇ ਹੋ ਰਹੀ ਹੈ ਇਹ ਕਿਰਿਆ ਕਿਤਾਬ ਤੇ ਹੋ ਰਹੀ ਹੈ ਕਿਉਂਕਿ ਪੜਿਆ ਕਿਸ ਨੂੰ ਜਾ ਰਿਹਾ ਹੈ ਕਿਤਾਬ ਨੂੰ ਤੁਹਾਨੂੰ ਇੱਕ ਮਾਈਂਡ ਚ ਕੁਸ਼ਨ ਆ ਰਿਹਾ ਹੋਏਗਾ ਕਿ ਆਪਾਂ ਅਕਰਮਕ ਕਿਰਿਆ ਦੇ ਵਿੱਚ ਵੀ ਇੱਕ ਟਾਈਪ ਕੀਤੀ ਸੀ ਇੱਕ ਐਗਜ਼ਾਮਪਲ ਕੀਤੀ ਸੀ ਕਿ ਪੜਨਾ ਜਿਹੜਾ ਸ਼ਬਦ ਹੈ ਜੀ ਉਹ ਤਾਂ ਅਕਰਮਕ ਕਿਰਿਆ ਤਦ ਕੋ ਪੜਨਾ ਜਿਹੜਾ ਹੈ ਅਗਰ ਮੈਂ ਤੁਹਾਨੂੰ ਇੱਥੇ ਵਾਕ ਦਵਾ ਤੇ ਤੁਸੀਂ ਲਿਖ ਸਕਦੇ ਹੋ ਇੱਕ ਵਾਕ ਰਵੀ ਪੜਦਾ ਹੈ ਤਾਂ ਹੁਣ ਇਹਦੇ ਵਿੱਚ ਦੱਸੋ ਕਿ ਪੜਨਾ ਤਾਂ ਇੱਕ ਕਿਰਿਆ ਹੈ ਬਿਲਕੁਲ ਸਹੀ ਹੈ ਇੱਕ ਕਿਰਿਆ ਹੈ ਲੇਕਿਨ ਇਹ ਕਿਰਿਆ ਕਿੱਥੇ ਹੋ ਰਹੀ ਹੈ ਕਿੱਥੇ ਪੜ ਰਿਆ ਉਹ ਕੋਈ ਕੋਈ ਚੀਜ਼ ਦੇ ਵਿੱਚ ਮੈਂਸ਼ਨ ਨਹੀਂ ਹੈ ਤਾਂ ਪੜਨਾ ਆਪਣੇ ਆਪ ਦੇ ਵਿੱਚ ਇੱਕ ਕਿਰਿਆ ਹੈਗੀ ਹੈ ਉਹ ਕਿਸੇ ਕਰਮ ਦੇ ਉੱਤੇ ਵੀ ਹੋ ਸਕਦੀ ਹੈ ਤੇ ਬਿਨਾ ਕਿਸੇ ਕਰਮ ਤੋਂ ਵੀ ਹੋ ਸਕਦੀ ਹੈ ਜਿੱਥੇ ਉਹਦੇ ਵਾਕ ਦੇ ਵਿੱਚ ਉਹਦੇ ਲਈ ਕੋਈ ਕਰਮ ਹੀ ਅਵੇਲੇਬਲ ਨਹੀਂ ਹੈ ਤਾਂ ਉਹ ਇੱਕ ਅਕਰਮਕ ਕਿਰਿਆ ਹੋ ਜਾਏਗੀ ਲੇਕਿਨ ਅਗਰ ਇੱਥੇ ਮੈਂਸ਼ਨ ਕਰ ਦਿੱਤਾ ਜਾਵੇ ਕਿ ਕੀ ਪੜ ਰਹੀ ਹੈ ਤਾਂ ਕਿਤਾਬ ਪੜ ਰਹੀ ਹੈ ਇੱਥੇ ਕਰਮ ਮੈਂਸ਼ਨ ਹੈ ਤਾਂ ਇਹ ਇੱਕ ਸਕਰਮਕ ਕਿਰਿਆ ਬਣ ਜਾਂਦੀ ਹੈ ਤਾਂ ਕਿਤਾਬ ਹੋਗੀ ਸਾਡਾ ਕਰਮ ਜਿਹਦੇ ਉੱਤੇ ਕਿਰਿਆ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਅਜ ਤੱਕ ਤੁਹਾਨੂੰ ਚੀਜ਼ ਕਲੀਅਰ ਹੈ ਕਿ ਜਦੋਂ ਕਿਰਿਆ ਕਿਸੇ ਚੀਜ਼ ਦੇ ਉੱਤੇ ਕੀਤੀ ਜਾਂਦੀ ਹੈ ਯਾਨੀ ਕਿ ਕਰਮ ਸਾਡੇ ਕੋਲ ਅਵੇਲੇਬਲ ਹੈ ਜਿਹਦੇ ਉੱਤੇ ਕਿਰਿਆ ਕੀਤੀ ਜਾਂਦੀ ਹੈ ਤਾਂ ਉਹ ਕਿਰਿਆ ਸ਼ਬਦ ਬਣ ਜਾਂਦਾ ਹੈ ਸਹਕਰਮਕ ਕਿਰਿਆ ਤੇ ਜਦੋਂ ਕੋਈ ਵੀ ਕਰਮ ਅਵੇਲੇਬਲ ਨਾ ਹੋਵੇ ਯਾਨੀ ਕਿ ਉਹ ਕਿਰਿਆ ਕਿਸੇ ਕਰਮ ਤੋਂ ਬਗੈਰ ਕੀਤੀ ਜਾਂਦੀ ਹੈ ਤਾਂ ਉਹ ਬਣ ਜਾਂਦਾ ਹੈ ਅਕਰਮਕ ਕਿਰਿਆ ਇਦੀ ਇੱਕ ਐਗਜ਼ਾਮਪਲ ਹੋਰ ਦੇਖ ਸਕਦੇ ਹੋ ਤੁਸੀਂ ਸ਼ਾਮ ਖਾਣਾ ਖਾਂਦਾ ਹਾਂ ਹੰਦੂ ਤਾਂ ਕੰਮ ਕਰਨ ਵਾਲਾ ਹੈਗਾ ਜੀ ਸ਼ਾਮ ਤਾਂ ਸ਼ਾਮ ਹੋ ਗਿਆ ਕਰਤਾ ਖਾਂਦਾ ਯਾਨਕਿ ਇੱਕ ਕੰਮ ਕਰਨਾ ਹੋ ਗਿਆ ਇਹ ਹੋ ਗਿਆ ਜੀ ਸਾਡੀ ਕਿਰਿਆ ਤੇ ਇਹ ਕਿਰਿਆ ਕਿਸ ਦੇ ਉੱਤੇ ਕੀਤੀ ਜਾ ਰਹੀ ਹੈ ਖਾਣੇ ਦੇ ਉੱਤੇ ਕੀਤੀ ਜਾ ਰਹੀ ਹੈ ਖਾਣਾ ਇੱਥੇ ਹੋਏਗਾ ਕਰਮ ਤੇ ਖਾਂਦਾ ਹੈ ਕਿਰਿਆ ਇਸ ਵਾਕ ਵਿੱਚ ਸ਼ਾਮ ਕਰਤਾ ਹੈ ਖਾਂਦਾ ਕਿਰਿਆ ਹੈ ਖਾਣਾ ਕਰਮ ਹੈ ਤੇ ਇਹ ਸੀਗੀ ਜੀ ਕਿਰਿਆ ਦੀ ਪਹਿਲੀ ਟਾਈਪ ਮੂਲ ਰੂਪ ਵਿੱਚ ਕਿਰਿਆ ਦੀ ਵੰਡ ਅਗਰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਕਿ ਕਿਰਿਆ ਕਿੰਨੇ ਪ੍ਰਕਾਰ ਦੀ ਹੈ ਤਾਂ ਤੁਸੀਂ ਮੂਲ ਰੂਪ ਵਿੱਚ ਉਹਦੇ ਦੋ ਹੀ ਟਾਈਪਸ ਨੂੰ ਟਿੱਕ ਕਰਕੇ ਆਓਗੇ ਕਿਉਂਕਿ ਕਿਰਿਆ ਦੇ ਮੂਲ ਰੂਪ ਵਿੱਚ ਦੋ ਹੀ ਟਾਈਪਸ ਨੇ ਅਕਰਮਕ ਕਿਰਿਆ ਤੇ ਸਹਕਰਮਕ ਕਿਰਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿਰਿਆ ਨੂੰ ਸਮਝਿਆ ਕਿ ਕਿਰਿਆ ਦਾ मीनिंग ਸਮਝਿਆ ਤੇ ਉਹਦੀ ਟਾਈਪਸ ਦੇਖੀਆਂ ਕਿ ਕਿਸ-ਕਿਸ ਆਧਾਰਤਿਆਂ ਨੂੰ ਵੰਡਿਆ ਜਾ ਸਕਦਾ ਹੈ ਤੇ ਉਹਦੀ ਪਹਿਲੀ ਟਾਈਪ ਜਿਹੜੀ ਹੈ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਉਹਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕੀਤਾ ਆ ਤੁਹਾਨੂੰ ਸਾਰੇ ਕਨਸੈਪਟਸ ਕਲੀਅਰ ਹੋਣਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਚ ਤੋਂ ਸਭ ਤੋਂ ਪਹਿਲਾਂ ਮਿਲੇ ਇਸ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼